ਭਾਅ ਜੀ ਇੱਕ ਜਿੱਦਾਂ ਐਪ ਹੈ ਸਾਡੇ ਕੋਲ ਟਿਕਟੋਕ, ਹੈ ਨਾ, ਉਹਦੇ ਉੱਤੇ ਸਾਰੇ ਬੰਦੇ ਆਪਣੀ ਵੀਡੀਓਜ਼ ਬਣਾਉਂਦੇ ਹੈ ਨਾ, ਅਤੇ ਤੁਹਾਡਾ ਇੱਕ ਗਾਣਾ ਬੁਰਜ ਖਲੀਫਾ ਉਹਦੇ 'ਤੇ ਬੜਾ ਵਾਇਰਲ ਹੋ ਗਿਆ, ਉਹਦਾ ਕੀ ਰਾਜ ਹੈ? ਉਹ ਗਾਣਾ ਉੱਦਾਂ ਆਇਆ ਨਹੀਂ, ਟਿਕਟੋਕ 'ਤੇ ਬੜਾ ਵਾਇਰਲ ਹੋ ਰਿਹਾ, ਸਿਸਟਮ ਕੀ ਹੈ ਉਹ, ਸਾਰੇ ਜਾਣਨਾ ਚਾਹੁੰਦੇ? ਉਹ ਯਾਰ ਜਿੱਦਾਂ ਹੁਣ ਲਾਡੀ ਵੀਰਾ ਭਰਾ ਆ ਮੇਰਾ, ਹੈ ਨਾ, ਅਤੇ ਅਸੀਂ ਮੈਨੂੰ ਲੱਗਦਾ ਇੱਦਾਂ ਹੁੰਦਾ ਵੀ ਹੁਣ ਮੰਨ ਲਓ ਕਿਸੇ ਆਰਟਿਸਟ ਨੇ ਕੋਈ ਗਾਣਾ ਕਰਨਾ, ਹੈ ਨਾ, ਅਤੇ ਉਹ ਅਵੇਲੇਬਲ ਨਹੀਂ ਹੈਗਾ ਉੱਥੇ, ਅਤੇ ਅਸੀਂ ਸਟੂਡੀਓ 'ਚ ਮੋਸਟਲੀ ਅਸੀਂ ਇਕੱਠੇ ਹੁੰਦੇ ਹਾਂ, ਅਤੇ ਕੋਈ ਗਾਣਾ ਉਹਨੂੰ ਕੰਪੋਜ਼ ਕੀਤਾ ਹੋਇਆ ਅਤੇ ਵੀਰੇ ਨੇ ਮਿਊਜ਼ਿਕ ਬਣਾਉਣਾ ਉਹਦੇ 'ਤੇ, ਅਤੇ ਮੈਂ ਆਪਣੀ ਵੋਕਲ ਦੇ ਦੇਣਾ ਉਹਨਾਂ ਵੀ ਉਹ ਅਸੀਂ ਗਾ ਦਿੰਦੇ ਹੁੰਦੇ, ਵੀਰਾ ਕੰਮ ਕਰ ਲੈਂਦਾ ਆਪਦਾ, ਅਤੇ ਉਹ ਬੁਰਜ ਖਲੀਫਾ ਗਾਣਾ ਜਿਹੜਾ ਸੀ ਉਹ ਐਵੇਂ ਮਤਲਬ ਉਲਝ ਰਿਹਾ ਸੀ ਕਿ ਉਹਦਾ ਵਾ ਸਾਡਾ ਵੀ ਕਿਤੇ ਕਿਤੇ ਐਵੇਂ ਸੀ, ਅਤੇ ਮੈਨੂੰ ਇਹ ਚੀਜ਼ ਨਹੀਂ ਅਜੇ ਸ਼ੋਰ ਹੈਗੀ ਵੀ ਉਹ ਮੇਰਾ ਆਊਗਾ ਜਾਂ ਕਿਸੇ ਹੋਰ ਦਾ ਆਊਗਾ, ਕਿਹਦਾ ਆਊਗਾ, ਕਿਸੇ ਹੋਰ ਦਾ, ਮੈਂ ਕੁਛ ਨਹੀਂ ਕਹਿ ਸਕਦਾ ਇਸ ਚੀਜ਼, ਕਿਉਂਕਿ ਚਲੋ ਬਾਬਾ ਸੁੱਖ ਰੱਖੇ ਉਹ ਗਾਣਾ ਲੀਕ ਹੋਇਆ, ਸਾਨੂੰ ਬੜਾ ਦੁੱਖ ਹੋਇਆ ਵੀ ਮਤਲਬ ਸਾਨੂੰ ਥੋੜ੍ਹਾ ਡਰ ਵੀ ਲੱਗਾ ਵੀ ਯਾਰ ਜੇ ਕਿਸੇ ਬੰਦੇ ਨੇ ਹੋਰ ਨੇ ਕਰਨਾ ਤਾਂ ਸਾਡਾ ਰਿਲੇਸ਼ਨ ਨਾ ਖਰਾਬ ਹੋਵੇ, ਹੈ ਨਾ, ਵੀ ਮਤਲਬ ਅਗਲੇ ਨੂੰ ਇਹ ਨਾ ਲੱਗੇ ਕਿ ਬੰਦੇ ਕਿੱਡੇ ਗੰਦੇ ਆ ਨਾ ਵੀ ਗਾਣਾ ਲੀਕ ਕਰ ਲਿਆ ਨਾ, ਵੀ ਕਿਉਂਕਿ ਜੇ ਉਹ ਗਾਣਾ ਸਾਲ ਪਹਿਲਾਂ ਬਣਿਆ ਹੋਇਆ ਸੀਗਾ, ਓਕੇ, ਸਾਲ ਪਹਿਲਾਂ ਦਾ ਬਣਿਆ ਹੋਇਆ ਸੀ, ਜੇ ਅਸੀਂ ਕਰਨਾ ਹੁੰਦਾ ਤਾਂ ਅਸੀਂ ਆਪ ਹੀ ਕਦੋਂ ਦੇ ਕਰ ਦਿੰਦੇ, ਅਤੇ ਪਰ ਨਹੀਂ ਉਹ ਲਾਡੀ ਵੀਰੇ ਕੋਲ ਬਣਿਆ ਪਿਆ ਹੈਗਾ ਗਾਣਾ ਮੇਰੀ ਵੋਕਲ ਦੇ ਵਿੱਚ, ਪਰ ਉਹ ਆਈ ਡੋਂਟ ਨੋ ਕਿੱਦਾਂ ਕੀ ਸਿਸਟਮ ਬਣਿਆ ਕਿਉਂਕਿ ਸਾਲ ਹੋ ਗਿਆ ਹੁਣ, ਜ਼ਾਹਿਰ ਜੀ ਗੱਲ ਆ ਮੈਂ ਆਪਣੇ ਭਰਾ ਨੂੰ ਵੀ ਭੇਜੂੰਗਾ ਜਿਹੜਾ ਜਿਹਨਾਂ ਤੋਂ ਮੈਂ ਸਲਾਹ ਲੈਣਾ ਗਾਣਾ ਤਾਂ ਮੈਂ ਭੇਜਿਆ ਹੀ ਹੋਊਗਾ, ਵੀਰੇ ਨੇ ਵੀ ਕਿਸੇ ਨੂੰ ਭੇਜਿਆ ਹੋਊਗਾ, ਜਿਹੜਾ ਲਿਰਿਸਿਸਟ ਜਿਹਨੇ ਲਿਖਿਆ ਉਹਨਾਂ ਨੇ ਵੀ ਭੇਜਿਆ ਹੋਊਗਾ, ਉਹ ਅੱਗੇ ਅੱਗੇ ਕਰਕੇ ਉਹ ਪਤਾ ਨਹੀਂ ਲੱਗਿਆ, ਜਿਹੜੇ ਤਿੰਨ ਚਾਰ ਆਰਟਿਸਟਾਂ ਨੇ ਉਹ ਕਰਨ ਦੀ ਸਲਾਹ ਹੈਗੀ ਸੀ ਉਹਨਾਂ ਨੇ ਵੀ ਕਿਸੇ ਨੂੰ ਭੇਜਿਆ ਹੋਊਗਾ, ਬਿਲਕੁਲ ਬਿਲਕੁਲ, ਹਾਂ, ਅਤੇ ਹੁਣ ਰੱਬ ਜਾਣੇ ਕੀ ਸਿਸਟਮ ਆ ਕਿੱਦਾਂ ਨਹੀਂ, ਅਤੇ ਮੈਂ ਅਗਰ ਜੇ ਕਿਸੇ ਨੂੰ ਗੁੱਸਾ ਖਿਲਾ ਤਾਂ ਉਹਦੇ ਲਈ ਸੋਰੀ, ਮੇਰਾ ਇਹਦੇ 'ਚ ਕੋਈ ਉਹ ਨਹੀਂ ਆ, ਇਹ ਰੱਬਾ ਮੈਨੂੰ ਬਚਾ ਹੁਣ, ਜਦ ਤਾਂ ਤੁਸੀਂ ਫਸਦੇ ਨਹੀਂ, ਮੈਂ ਪਰਚੀ ਮੈਂ ਹੁਣੇ ਲਿਖ ਦੂੰਗਾ, ਕੋਈ ਪਰਚੀ ਪੈਨ ਨਾਲ ਦਿਖਾਓ ਸਾਨੂੰ ਵੀ, ਬੋਡੀ ਗਾਰਡ ਹਿੰਦੀ 'ਚ ਗਾਓ, ਹਾਂ ਆਹ ਉਲਝਣਾ ਹੋ ਗਈਆਂ, ਬੋਡੀ ਗਾਰਡ ਗਾਓ ਹਿੰਦੀ 'ਚ, ਉਲਝ ਗਏ ਭਾਜੀ, ਲੈਟਸ ਸਟਾਰਟ, ਹੋ ਬੋਡੀ ਗਾਰਡ ਮਿਲੇਗਾ ਫਰੀ ਬਲੀਏ, ਕਿਸੇ ਗੱਲੋਂ ਕਰੀ ਨਾ ਨਹੀਂ ਕਿਸੇ ਬਾਤ ਸੇ ਕਰੀ ਨਾ ਵਰੀ ਬਲੀਏ, ਪੌਸ਼ਟਿਕ ਤੱਤੋਂ ਸੇ ਭਰਾ ਹੈ ਕਭੀ ਨਹੀਂ ਚਲਾਕੀ ਕਰੇਗਾ, ਮੇਮੋ ਜੈਸਾ ਹੁਸਨ ਚੱਕੇ ਫਿਰਤੇ ਹੋ, ਮੇਮੋ ਸੰਧੂ ਤੁਹਾਡੀ ਰਾਖੀ ਕਰੇਗਾ, ਕੰਮ ਵੈਸੇ ਉਸਕੋ ਔਖਾ ਹੀ, ਗੇਰ ਦੇ ਆਰਮ ਸੇ ਟਰਾਈ ਕਰੋ, ਵਧੀਆ ਕਰਦੇ ਤੁਸੀਂ, ਨਹੀਂ ਸਵਾਦ ਆ ਗਿਆ ਭਾਜੀ, ਤਾਂ ਫਿਰ ਫਨ ਯਾਰ ਲੋਕਾਂ ਨੂੰ ਐਂਟਰਟੇਨ ਕਰ ਰਹੇ ਹਾਂ ਆਪਾਂ, ਬਿਲਕੁਲ ਕਰ ਰਹੇ ਭਾਜੀ, ਅਤੇ ਜਿਸ ਤਰ੍ਹਾਂ ਤੁਸੀਂ ਬੋਡੀ ਗਾਰਡ ਬਣੇ ਹੋ ਨਾ ਰਾਖੀ ਕਰਨੇ ਕੇ ਲਈ, ਕੀ ਆਇਆ ਭਾਜੀ, ਡੈਸ਼ ਡੈਸ਼ ਵਾਲੀ ਗੇਮ ਆ ਗਈ, ਕਿਉਂਕਿ ਇੰਨਾ ਤਾਂ ਬੰਦਾ ਉਦੋਂ ਹੀ ਸੋਚਦਾ, ਜਦੋਂ ਜਿੰਨੇ ਡੈਸ਼ ਹੈ ਨਾ ਭਾਜੀ ਇਹਦੇ ਵਿੱਚ, ਉਨੇ ਡੈਸ਼ ਇੱਕੋ ਹੀ ਵਰਡ ਨਾਲ ਭਰਨੇ ਆ, ਹੁਣ ਆਪਾਂ ਪੜ੍ਹਦੇ ਹਾਂ, ਮੈਂ ਡੈਸ਼ ਤਿਆਰੀ ਨਾਲ ਕੁੜੀ ਨੂੰ ਡੈਸ਼ ਦਿੱਤਾ, ਕੁੜੀ ਕਹਿੰਦੀ ਤੇਰੇ ਡੈਸ਼ ਨਾਲੋਂ ਮੇਰੀ ਜੁੱਤੀ ਸੋਹਣੀ, ਅਤੇ ਤਿੰਨ ਡੈਸ਼ ਨੇ ਨਾ ਭਾਜੀ, ਤਿੰਨ ਡੈਸ਼ ਵਰਡ ਇੱਕੋ ਹੀ ਆਉਣਾ, ਲਓ ਜ਼ੋਰ, ਮੈਂ ਫੁੱਲ ਤਿਆਰੀ ਨਾਲ ਕੁੜੀ ਨੂੰ ਫੁੱਲ ਦਿੱਤਾ, ਕੁੜੀ ਕਹਿੰਦੀ ਤੇਰੇ ਫੁੱਲ ਨਾਲ ਮੇਰੀ ਜੁੱਤੀ ਸੋਹਣੀ, ਬਿਲਕੁਲ ਸਹੀ ਭਾਜੀ, ਮੈਂ ਫੁੱਲ ਤਿਆਰੀ ਨਾਲ ਕੁੜੀ ਨੂੰ ਫੁੱਲ ਦਿੱਤਾ, ਕੁੜੀ ਕਹਿੰਦੀ ਤੇਰੇ ਫੁੱਲ ਨਾਲੋਂ ਮੇਰੀ ਜੁੱਤੀ ਸੋਹਣੀ, ਭਾਜੀ ਇੰਨੀ ਛੇਤੀ ਕਿੱਦਾਂ ਜਵਾਬ ਦੇ ਦਿੱਤਾ ਤੁਸੀਂ, ਇਹੋ ਜਿਹਾ ਕਦੀ ਹੋਇਆ ਨਹੀਂ ਨਾ ਕਦੀ ਹੋਣਾ ਹੀ ਆ, ਚਲੋ ਭਾਅ ਜੀ ਲਾਸਟ ਸਵਾਲ, ਇਹੋ ਜਿਹਾ ਕੰਮ ਹੈ ਇੰਨਾ, ਕਿਹੜੇ ਹੁਸਨ ਦੀ ਰਾਖੀ ਕਰਨਾ ਚਾਹੋਗੇ ਜੇ ਸਪੋਜ਼ ਤੁਹਾਨੂੰ ਮੌਕਾ ਮਿਲਿਆ ਇੰਡਸਟਰੀ ਦੇ ਵਿੱਚ ਕਿਸੇ ਐਕਟਰੈਸ ਦੀ ਰਾਖੀ ਕਰਨ ਦਾ, ਪੰਜਾਬੀ ਇੰਡਸਟਰੀ, ਇਹੋ ਜਿਹੇ ਸਵਾਲ ਜੀ ਕਿਉਂ ਪੁੱਛਦੇ ਹੁੰਦੇ ਯਾਰ, ਜਿਹੜੀ ਕਿ ਕਿਤੇ ਬੈਠੀ ਹੋਈ ਔਖੀ ਹੋ ਗਈ ਫਿਰ, ਉਹ ਨਹੀਂ ਹੁੰਦੀ ਔਖੀ, ਉਹਨੂੰ ਮੈਂ ਦੱਸ ਦਾਂਗਾ ਜਸਟ ਫੋਰ ਫਨ ਹੈ, ਇਹ ਮਜ਼ਾਕ ਹੈ, ਕਰੂਗਾ ਤੁਹਾਡੀ ਰਾਖੀ ਹਿੰਮਤ ਬਾਈ ਯਾਰ, ਹੁਣ ਪਰ ਇੰਡਸਟਰੀ ਦੇ ਵਿੱਚ ਮੈਂ ਰਾਖੀ ਪਹਿਲੀ ਗੱਲ ਤੇ ਕਿਉਂ ਕਰੂੰਗਾ, ਸਾਰਿਆਂ ਕੋਲ ਆਪਣੇ ਬੋਡੀਗਾਰਡ, ਨਹੀਂ ਨਹੀਂ ਉਦਾਂ ਠੀਕ ਹੈ, ਜੇ ਕਿਸੇ ਮੂਵੀ 'ਚ ਕੈਰੈਕਟਰ ਮਿਲੂਗਾ ਤੇ ਆ ਸਵਾਲ ਨੂੰ ਇੰਨਾ ਸਮਝਦਾਰ ਵਾਲਾ ਸਵਾਲ ਨਾ ਬਣਾਓ, ਆਹ ਫਨੀ ਸਵਾਲ ਹੈ, ਮਜ਼ੇ ਵਾਲਾ ਸਵਾਲ ਹੈ, ਇਹਦਾ ਸਵਾਲ ਹੋਊਗਾ ਕਿਹੜੇ ਹੁਸਨ ਦੀ ਇੰਡਸਟਰੀ ਦੇ ਵਿੱਚ, ਪੰਜਾਬੀ ਇੰਡਸਟਰੀ ਦੇ ਵਿੱਚ ਕਿਹੜੇ ਹੁਸਨ, ਨਾਮ ਲੈ ਕੇ ਦੱਸਾਂ, ਹਾਂ ਨਾਮ ਲੈਣਾ ਪੈਣਾ ਭਾਅ ਜੀ, ਸੋਨਮ ਬਾਜਵਾ ਜੀ, ਸੋਨਮ ਬਾਜਵਾ ਜੀ, ਸੋਨਮ ਸੱਚੀ ਸਵਾਲ ਉਹਨਾਂ ਸੀ, ਮੈਂ ਜਵਾਬ ਦੇ ਦਿੱਤਾ।